ਜੀ ਸਤਿ ਸ਼੍ਰੀ ਅਕਾਲ ਅਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਇੱਦਾਂ ਉਂਗਲ ਮਾਰ ਕੇ ਨਾਲ ਹੀ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਉ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂ ਸੋ ਕਰ ਲਓ ਸਬਸਕ੍ਰਾਈਬ ਬੰਦ ਕਿਉਂ ਕੀਤਾ ਰੋਡ ਹੈ ਤੁਸੀਂ ਵੀ ਇੱਥੇ ਹੁਣ ਤੁਹਾਨੂੰ ਜਿਵੇਂ ਛੱਡ ਕੇ ਗਏ ਆ ਮੈਨੂੰ ਇਹ ਦੱਸੋ ਨਕਸ਼ੇ 'ਚ ਹੈਗੇ ਵੀ ਬੰਦ ਕਰਨੀ ਹੈ ਯੂ ਟਰਨ ਲੋਕ ਇੱਥੋਂ ਵਾਪਸ ਮੁੜਦੇ ਆ ਇੱਥੇ ਕਿਸੇ ਦਾ ਐਕਸੀਡੈਂਟ ਹੋ ਜੇ ਕਿਸੇ ਦੀ ਮੌਤ ਹੋ ਜੇ ਤੁਸੀਂ ਜ਼ਿੰਮੇਵਾਰ ਹੋ ਆ ਜ਼ਿੰਮੇਵਾਰੀ ਲੈ ਲਓ ਲਿਖ ਕੇ ਜਦੋਂ ਵੀ ਅਸੀਂ ਜ਼ਿੰਮੇਵਾਰ ਆ ਕਿਹਦਾ ਰੌਂਗ ਸਾਈਡ ਦਾ ਐਕਸੀਡੈਂਟ ਹੁੰਦਾ ਦੱਸ ਲੱਗਿਆ ਹੋਇਆ ਤੂੰ ਲੱਗਿਆ ਕੋਈ ਇੱਥੋਂ ਯੂ ਟਰਨ ਮਾਰ ਕੇ ਵਾਪਸ ਨਾ ਵੱਜ ਜੇ ਜਿਹਨੇ ਯੂ ਟਰਨ ਨਹੀਂ ਮਾਰਨਾ ਤੁਹਾਨੂੰ ਪਹਿਲਾਂ ਟੋਲ ਕਟਾਵੇ 100 ਰੁਪਏ ਦਾ ਫਿਰ ਵਾਪਸ ਜਾਵੇ ਸੰਦੀਪ ਖੋਲ ਦੋ ਬਾਈ ਤੂੰ ਮੇਰੀ ਪਤਾ ਲੱਗਦਾ ਵੀ ਆ ਠੀਕ ਹੈ ਓਏ ਫੋਟੋ ਕਰਦੀ ਬਾਈ ਦੀ ਬੱਲਾ ਅਸੀਂ ਲੈ ਚੱਲੋ ਬੱਚੀ ਆਪ ਖੋਲਾਂਗੇ ਜੀ ਯਾਰ ਖੋਲੋ ਯਾਰ ਪੱਟੋਰੇ ਲਿਆ ਫੋਟੋ ਮੈਂ ਸਾਰਾ ਕੁਝ ਹੀ ਪੱਟ ਲਓਗੇ ਜੀ ਪ੍ਰੈਸ ਨੂੰ ਵੈਸੇ ਖੋਲ ਕੇ ਰੱਖ ਦੋ ਰੱਸੀ ਉਹ ਨਾ ਕਰੋ ਸੁੱਟੋ ਨਾ ਬਸ ਖੋਲ ਦੋ ਨਹੀਂ ਜਦੋਂ ਕਹਿਤਾ ਐਮ ਐਲ ਸਾਹਿਬ ਨੂੰ ਆਰਾਮ ਨਾਲ ਖੋਲ ਲਓ 2 ਮਿੰਟ ਲੱਗ ਜਾਣਗੇ ਖੋਲ ਲਓ ਖੋਲ ਲਓ ਆਰਾਮ ਮੇਰੇ ਆਰਾਮ ਨਾਲ ਖੋਲ ਦੋ ਪੰਜਾਬ ਚ ਕਿਸੇ ਟੋਲ ਤੇ ਵੀ ਇਹੀ ਗੱਲ ਕਹੀ ਹੈ ਜੀ ਇਹਨਾਂ ਨੂੰ ਅਸੀਂ ਹੁਣ ਮੰਨ ਲਓ ਇੱਥੋਂ ਕਿਸੇ ਨੇ ਇਹਨਾਂ ਨੇ ਕੀਤਾ ਸਾਰੇ ਹਰੀਗੜ੍ਹ ਦੇ ਹੈ ਕਿਸੇ ਨੇ ਭੂਰਿਆਂ ਨੂੰ ਜਾਣਾ ਬਹੁਤ ਵਧੀਆ ਜੀ ਮੈਂ ਤੁਹਾਡੀ ਨਾ ਜਿਹੜੀ ਯੂ ਟਰਨ ਤੁਸੀਂ ਇਹ ਲਾਈ ਹੈ ਬੰਦ ਕਰਵਾ ਕੇ ਜਾ ਰਹੇ ਹਾਂ ਬੰਦ ਕੀਤੇ ਵਿੱਚ ਤੁਸੀਂ ਭਰਵਾ ਕੇ ਜਾ ਰਹੇ ਹਾਂ
ਜਿਹੜੀ ਤੁਸੀਂ ਨਾ ਇਸ ਤਰ੍ਹਾਂ ਬੰਦ ਕਰਤੀ ਸੀ, ਇਹਨੂੰ ਨਾ ਮੈਂ ਖਲਵਾ ਕੇ ਚੱਲਿਆ, ਇਹਨੂੰ ਦੁਬਾਰਾ ਬੰਦ ਨਾ ਕਰਿਓ। ਨਹੀਂ 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 ਮੇਰੀ ਗੱਲ ਸੁਣੋ, ਐਕਸੀਡੈਂਟ ਨਾ ਜਿਹੜਾ ਤੁਸੀਂ ਬੰਦ ਕੀਤਾ ਇਹਦੇ ਨਾਲ ਐਕਸੀਡੈਂਟ ਹੋ ਰਿਹਾ, ਲੋਕ ਕਿੱਥੇ ਤੋਂ ਯੂ ਟਰਨ ਮਾਰ ਕੇ ਜਾਣਾ, ਕਿੱਥੇ ਥੁਆਈ ਵਾਪਸ ਜਾਂਦੇ ਆ। ਉਹ ਤੇ ਮੇਰੀ ਗੱਲ ਸੁਣੋ, ਉਹ ਸਰਕਾਰੀ ਸੜਕ ਆ, ਉਹ ਤੋਂ ਵੀ ਤੁਸੀਂ ਰੋਕ ਨਹੀਂ ਸਕਦੇ। ਉਹ ਵੀ ਜਿਹੜੀ ਭੂਰਿਆਂ ਵਾਲੀ ਸੜਕ ਸੀ, ਉਹ ਵੀ ਸਰਕਾਰੀ ਹੈ, ਠੀਕ ਹੈ। ਪਿੰਡਾਂ ਨੂੰ ਇਤਰਾਜ਼ ਹੋ ਸਕਦਾ, ਤੁਹਾਨੂੰ ਇਤਰਾਜ਼ ਕਰਨ ਦੀ ਕੀ ਲੋੜ ਹੈ ਬਈ? ਪੂਰੇ ਪਿੰਡ ਵਾਲੇ ਇਤਰਾਜ਼ ਕਰਨ, ਠੀਕ ਹੈ, ਤੁਹਾਨੂੰ ਕੀ ਇਤਰਾਜ਼ ਹੈ, ਸਰਕਾਰੀ ਸੜਕ ਹੈ ਉਹ। ਬਸ ਮੈਂ ਤੁਹਾਨੂੰ ਦੱਸ ਕੇ ਚੱਲਿਆ, ਇਹ ਇੱਥੇ ਤੁਸੀਂ ਇਹਨੂੰ ਯੂ ਟਰਨ ਬੰਦ ਨਹੀਂ ਕਰਨਾ। ਨਹੀਂ ਮੈਂ ਇੱਥੇ ਆ ਕੇ ਬੈਠੂੰਗਾ ਜੇ ਹੁਣ ਤੁਸੀਂ ਯੂ ਟਰਨ ਬੰਦ ਕੀਤੀ। ਮੈਂ ਤੁਹਾਨੂੰ ਦੱਸਦਾ, ਜਿਹਦੇ ਲਈ ਹੋਰ ਇੱਥੋਂ ਕੀ ਪਸ਼ੂ ਲੰਘਦੇ ਆ, ਲੋਕ ਹੀ ਲੰਘਦੇ, ਹੋਰ ਕੋਈ ਲੰਘਦਾ? ਹਾਂ ਹਾਂ ਬਸ ਤੁਹਾਨੂੰ ਕਹਿਤਾ, ਇਹ ਯੂ ਟਰਨ ਹੈ ਜਿਹੜੀ, ਇਹ ਬੰਦ ਨਹੀਂ ਕਰਨੀ। ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ। ਸੱਚ ਅਤੇ ਹੱਕ ਦੀ ਆਵਾਜ਼, ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ, ਪੰਜਾਬ TV ਕਰੇਗਾ ਸੱਚ ਦਾ ਖੁਲਾਸਾ। ਤੁਸੀਂ ਦੇਖਦੇ ਰਹੋ ਪੰਜਾਬ TV, ਸੱਚ ਅਤੇ ਹੱਕ ਦੀ ਆਵਾਜ਼।